ਤੁਸੀਂ ਇੱਕ ਵਾਰ ਫਿਰ ਤੋਂ ਖਬਰੀ ਡਾਕੀ ਦੇ ਨਾਲ ਜੁੜਿਓ ਹੋਰ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਵੱਡੀ ਖਬਰ ਇਹ ਹੈ ਕਿ ਬੇਅੰਤ ਕੌਰ ਦੇ ਉੱਪਰ ਪੂਰੀ ਤਰ੍ਹਾਂ ਸ਼ਿਕੰਜਾ ਕਸਦਾ ਜਾ ਰਿਹਾ ਹੈ। ਬਿਲਕੁਲ ਜੀ, ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਨਿਗਾਹ ਵੀ ਬੇਅੰਤ ਕੌਰ ਦੇ ਉੱਪਰ ਪੈ ਗਈ ਹੈ ਅਤੇ ਹੁਣ ਜਲਦ ਹੀ ਲਵਪ੍ਰੀਤ ਦੇ ਪਰਿਵਾਰ ਵਾਸਤੇ ਕੋਈ ਖੁਸ਼ੀ ਦੀ ਖਬਰ ਆਉਣ ਵਾਲੀ ਹੈ ਅਤੇ ਬੇਅੰਤ ਕੌਰ ਵੱਡੀ ਮੁਸੀਬਤ ਦੇ ਵਿੱਚ ਫਸਣ ਵਾਲੀ ਹੈ, ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਨਿਗਾਹ ਬੇਅੰਤ ਕੌਰ ਦੇ ਉੱਪਰ ਹੈ ਕਿ ਕਿਸ ਤਰ੍ਹਾਂ ਬੇਅੰਤ ਕੌਰ ਨੇ ਲਵਪ੍ਰੀਤ ਅਤੇ ਉਸ ਦੇ ਮਾਪਿਆਂ ਦੇ ਨਾਲ ਧੱਕਾ ਕਰਿਆ ਅਤੇ ਹੁਣ ਜਲਦ ਹੀ ਹੋ ਸਕਦਾ ਹੈ ਕਿ ਇਹ ਕੁੜੀ ਕੈਨੇਡਾ ਤੋਂ ਵਾਪਸ ਪੰਜਾਬ ਡਿਪੋਰਟ ਹੋਵੇ ਅਤੇ ਇੱਥੇ ਆ ਕੇ ਉਸ ਦੇ ਉੱਪਰ ਪੰਜਾਬ ਪੁਲਿਸ ਦੇਖਦਿਆਂ ਕਿ ਆਖਰ ਕਿਹੜੀ ਵੱਡੀ ਕਾਰਵਾਈ ਕਰਦੀ ਹੈ। ਪਰ ਹੁਣ ਤੱਕ ਦੀ ਵੱਡੀ ਖਬਰ ਇਹ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਨਿਗਾਹ ਦੇ ਵਿੱਚ ਪੂਰਾ ਮਾਮਲਾ ਆਇਆ ਹੈ ਅਤੇ ਉਹਨਾਂ ਨੇ ਕਿਹਾ ਵੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਦੇ ਉੱਪਰ ਕੋਈ ਤਕੜਾ ਐਕਸ਼ਨ ਲਿਆ ਜਾਵੇਗਾ। ਅਤੇ ਜੋ ਇੱਕ ਹੋਰ ਖਬਰ ਹੈ ਉਹ ਇਹ ਹੈ ਕਿ ਬੇਅੰਤ ਕੌਰ ਆਪ ਤਾਂ ਫਸੀ ਹੈ ਉੱਥੇ ਦੂਸਰੇ ਪਾਸੇ ਹੋਰ ਪੰਜਾਬੀ ਸਟੂਡੈਂਟਾਂ ਵਾਸਤੇ ਵੀ ਉਸ ਨੇ ਇੱਕ ਵੱਡਾ ਰੋੜਾ ਅਟਕਾ ਦਿੱਤਾ ਹੈ ਰਸਤੇ ਦੇ ਵਿੱਚ, ਕਿਉਂਕਿ ਹੁਣ ਕੈਨੇਡਾ ਸਰਕਾਰ ਤਿਆਰੀ ਕਰ ਰਹੀ ਹੈ ਕਿ ਪੂਰੀ ਜਾਂਚ ਪੜਤਾਲ ਕਰਕੇ ਕੈਨੇਡਾ ਦੇ ਵਿੱਚ ਉਹਨਾਂ ਬੱਚਿਆਂ ਨੂੰ ਆਉਣ ਦਿੱਤਾ ਜਾਵੇ ਜਿਹੜੇ ਕਿ ਬਿਲਕੁਲ ਠੀਕ ਹਨ ਅਤੇ ਕਿਸੇ ਵੀ ਤਰੀਕੇ ਨਾਲ ਗਲਤ ਨਹੀਂ ਹਨ। ਅਤੇ ਜਦੋਂ ਇੰਨੀ ਸਖਤਾਈ ਹੋ ਜਾਵੇਗੀ ਤਾਂ ਇਹ ਤਾਂ ਲਾਜ਼ਮੀ ਹੈ ਕਿ ਉਹਨਾਂ ਸਟੂਡੈਂਟਾਂ ਵਾਸਤੇ ਵੀ ਪੰਗੇ ਖੜ੍ਹੇ ਹੋ ਜਾਣਗੇ ਜਿਹੜੇ ਸਹੀ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਾਂਦੇ ਹਨ। ਬਾਕੀ ਜੀ, ਕਿੱਡਾ ਵੱਡਾ ਵਿਰੋਧ ਬੇਅੰਤ ਕੌਰ ਦਾ ਸੋਸ਼ਲ ਮੀਡੀਆ ਦੇ ਉੱਪਰ ਹੋ ਰਿਹਾ ਹੈ ਉਸ ਦੀ ਇੱਕ ਝਲਕ ਤੁਹਾਨੂੰ ਦਿਖਾਉਂਦੇ ਹਾਂ। ਇਹ ਜਿਹੜੀ ਪੋਸਟ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੈ ਅਤੇ ਇਸ ਦੇ ਵਿੱਚ ਬੇਅੰਤ ਕੌਰ ਦਾ ਪਾਸਪੋਰਟ ਵੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਅਤੇ ਇਸ ਪੋਸਟ ਦੇ ਨਾਲ ਲਿਖਿਆ ਗਿਆ ਹੈ ਕਿ ਬੇਅੰਤ ਕੌਰ ਬਾਜਵਾ ਵੱਲੋਂ ਕੈਨੇਡਾ ਤੋਂ ਅਮਰੀਕਾ ਨਿਕਲਣ ਦੀ ਸਕੀਮ ਸੀ। ਜਾਰੀ ਹੋਏ ਵੀਜ਼ੇ ਸੰਬੰਧੀ ਅਮਰੀਕਾ ਦੀ FBI ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਥੇ ਵੀਜ਼ਾ ਲੈਣ ਸਮੇਂ ਵੀ ਬੇਅੰਤ ਕੌਰ ਨੇ ਆਪਣੇ ਆਪ ਨੂੰ ਇਕੱਲੀ ਲਿਖਿਆ, ਪੰਗਾ ਗਲਤ ਜਗ੍ਹਾ ਪਾ ਬੈਠੀ, ਬੁਰੇ ਦੇ ਘਰ ਤੱਕ ਜਾ ਕੇ ਲਵਪ੍ਰੀਤ ਨੂੰ ਇਨਸਾਫ ਲੈ ਕੇ ਦੇਵਾਂਗੇ, ਜੋ ਮਰਜ਼ੀ ਅਦਾਲਤੀ ਜੰਗ ਲੜਨੀ ਪਵੇ ਸੱਚ ਸਾਹਮਣੇ ਲਿਆਵਾਂਗੇ, ਅਸੀਂ ਤਾਂ ਸੋਚਿਆ ਸੀ ਆਪਣੀ ਗਲਤੀ ਮੰਨੇਗੀ ਵੀ ਜੋ ਵੀ ਹੋਇਆ ਦੁੱਖ ਹੈ, ਪਰ ਮੌਕਾ ਗਵਾ ਰਹੀ ਹੈ, ਮਾਮਲਾ ਖਤਮ ਕਰਨ ਦੀ ਜਗ੍ਹਾ ਗਲਤ ਹੱਥਾਂ ਤੇ ਸਵਾਰ ਹੋ ਗਈ ਹੈ, ਜਸਟਿਸ ਫੋਰ ਲਵਪ੍ਰੀਤ। ਜਾਣੀ ਕਿ ਦੋਸਤੋ ਵੱਡੀ ਪੋਸਟ ਹੈ, ਇੱਕ ਬਹੁਤ ਵੱਡੇ ਪੇਜ ਦੇ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਸ ਕੁੜੀ ਨੂੰ ਬਣਦੀ ਕਾਰਵਾਈ ਦੇ ਸਾਹਮਣੇ ਕਰਿਆ ਜਾਵੇ ਅਤੇ ਨਾਲ ਹੀ ਲਵਪ੍ਰੀਤ ਨੂੰ ਇਨਸਾਫ ਦਵਾਇਆ ਜਾਵੇ। ਕੁਝ ਲੋਕਾਂ ਦਾ ਤਾਂ ਗੁੱਸਾ ਸਿਰਫ ਤੇ ਸਿਰਫ ਇਸੇ ਗੱਲ ਤੋਂ ਹੈ ਕਿ ਇਹ ਕੁੜੀ ਹਾਲੇ ਵੀ ਸੱਚਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਈ TV ਚੈਨਲਾਂ ਦੇ ਉੱਪਰ ਆ ਕੇ ਲਵਪ੍ਰੀਤ ਅਤੇ ਉਸ ਦੇ ਪਰਿਵਾਰ ਨੂੰ ਝੂਠਾ ਬਣਾ ਰਹੀ ਹੈ ਅਤੇ ਖੁਦ ਸੱਚੀ ਹੋਣ ਦੇ ਵਿੱਚ ਲੱਗੀ ਹੋਈ ਹੈ।